ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪਾਂ ਦੁਨੀਆ ਦੀਆਂ ਦੋ ਮਹਾਨ ਸ਼ਖਸੀਤਾਂ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਸਿੱਖ ਰਾਜ ਦੇ ਵਿਦੇਸ਼ ਮੰਤਰੀ ਫਕੀਰ ਅਜੀਜ਼ਉਦੀਨ ਜੀ ਦੇ ਮਲਾਪ ਬਾਰੇ ਗੱਲ ਕਰਨ ਜਾ ਰਹੇ ਹਾਂ ਇਸ ਤਰ੍ਹਾਂ ਫਕੀਰ ਅਜੀਜ਼ਉਦੀਨ ਜੀ ਦੇ ਪਿਤਾ ਜੀ ਦਾ ਨਾਮ ਫਕੀਰ ਗੁਲਾਮ ਮੋਇਉਦੀਨ ਸੀ ਜੋ ਕਿ ਤਬੀਬੀ ਦਾ ਕੰਮ ਭਾਵ ਇਲਾਜ ਦਾ ਕੰਮ ਹਕੀਮੀ ਦਾ ਕੰਮ ਡਾਕਟਰੀ ਦੇ ਕੰਮ ਤੋਂ ਆਪਣੇ ਪਰਿਵਾਰ ਦਾ ਨਿਵਰਾਹ ਕਰਦੇ ਸੀ ਫਕੀਰ ਅਜੀਜੋ ਜੀਨ ਦਾ ਜਨਮ 1780 ਈਸਵੀ ਵਿੱਚ ਹੋਇਆ ਇਹਨਾਂ ਦੇ ਦੋ ਭਰਾ ਇਮਾਮੋਦੀਨ ਤੇ ਨੂਰੋਦੀਨ ਸਨ ਆਪ ਜੀ ਦੋਨਾਂ ਤੋਂ ਵੱਡੇ ਸਨ ਜਿਸ ਤਰ੍ਹਾਂ ਆਪ ਉਮਰ ਵਿੱਚ ਭਰਾਵਾਂ ਤੋਂ ਵੱਡੇ ਸਨ ਇਸੇ ਤਰ੍ਹਾਂ ਅਕਲ ਵਿੱਚ ਵੀ ਸਭ ਤੋਂ ਸਿਆਣੇ ਅਤੇ ਦੂਰਅੰਦੇਸ਼ੀ ਸਨ ਛੋਟੀ ਉਮਰ ਵਿੱਚ ਹੀ ਆਪ ਦੇ ਪਿਤਾ ਨੇ ਆਪਣਾ ਖਾਨਦਾਨੀ ਹੁਨਰ ਸਿੱਖਣ ਲਈ ਲਾਹੌਰ ਦੇ ਪ੍ਰਸਿੱਧ ਵੈਦ ਲਾਲਾ ਹਾਕਮ ਰਾਏ ਕੋਲ ਵਿਦਿਆਰਥੀ ਬਿਠਾ ਦਿੱਤਾ ਆਪ ਜੀ ਦੀ ਸੂਝ-ਬੂਝ ਤੇ ਸਿਆਣਪ ਤੋਂ ਲਾਲਾ ਹਾਕਮ ਰਾਏ ਜੀ ਇੰਨੇ ਖੁਸ਼ ਹੋਏ ਕਿ ਆਪਣੇ ਸਾਰੇ ਜੀਵਨ ਦੇ ਪ੍ਰਾਪਤ ਕੀਤੇ ਜਾਂ ਲਿਖੇ ਗੁਣ ਫਕੀਰ ਜੀ ਨੂੰ ਥੋੜੇ ਚਿਰ ਵਿੱਚ ਹੀ ਸਿਖਾ ਦਿੱਤੇ ਸਾਲ 1799 ਦੇ ਅਖੀਰ ਦੀ ਗੱਲ ਹੈ ਕਿ ਲਾਹੌਰ ਫਤਿਹ ਕੀਤਿਆਂ ਜੇ ਥੋੜਾ ਸਮਾਂ ਹੀ ਬੀਤਿਆ ਸੀ ਕਿ ਅਚਾਨਕ ਮਹਾਰਾਜ ਸਾਹਿਬ ਦੀਆਂ ਅੱਖਾਂ ਵਿੱਚ ਰੜਕ ਪੈਣ ਲੱਗ ਪਈ। ਇਲਾਜ ਵਾਸਤੇ ਲਾਲਾ ਹਕਮ ਰਾਜ ਜੀ ਨੂੰ ਬੁਲਾਇਆ ਗਿਆ। ਵੈਦ ਜੀ ਫਕੀਰ ਅਜੀਜੋਦੀਨ ਨੂੰ ਵੀ ਨਾਲ ਲੈ ਗਏ। ਵੈਦ ਹਕਮ ਰਾਏ ਨੇ ਮਹਾਰਾਜਾ ਸਾਹਿਬ ਦੀਆਂ ਅੱਖਾਂ ਦੀ ਜਾਂਚ ਕਰਕੇ ਅੱਖਾਂ ਨੂੰ ਧੋਣਾ ਅਤੇ ਹਲਕਾ ਸੇਕ ਦੇ ਕੇ ਅੱਖਾਂ ਵਿੱਚ ਚੁੰਡੀ ਪਾਉਣਾ ਦੱਸਿਆ ਚੁੰਡੀ ਪਾਉਣ ਤੋਂ ਭਾਵ ਹੈ ਕਿ ਬਰੀਕ ਪੀਠੇ ਹੋਏ ਚਾਸਕੂ ਦੀ ਚੁੰਡੀ ਭਰ ਕੇ ਅੱਖਾਂ ਵਿੱਚ ਪਾਉਣਾ ਇਹ ਸਾਰਾ ਕੰਮ ਲਾਲਾ ਜੀ ਨੇ ਫਕੀਰ ਅਜੀਜੇਦੀਨ ਤੋਂ ਕਰਵਾਇਆ ਫਕੀਰ ਜੀ ਨੇ ਮਹਾਰਾਜ ਸਾਹਿਬ ਜੀ ਦਾ ਇਹ ਸੇਵਾ ਐਸੇ ਚੰਗੇ ਢੰਗ ਨਾਲ ਐਸੀ ਯੋਗਤਾ ਨਾਲ ਕੀਤੀ ਕਿ ਛੇਰੇ ਪੰਜਾਬ ਜੀ ਦੀ ਪਾਰਕੂ ਅੱਖ ਨੇ ਨਾ ਕੇਵਲ ਵੈਦਗੀ ਦੇ ਗੁਣ ਹੀ ਡਿਠੇ ਸਗੋਂ ਇਹ ਵੀ ਮਹਿਸੂਸ ਕੀਤਾ ਕਿ ਜੇਕਰ ਇਸ ਹੋਂਹਰ ਨੌਜਵਾਨ ਦੀ ਜੋਗ ਰਹਿਨਮਾਈ ਕੀਤੀ ਜਾਵੇ ਤਾਂ ਇਹ ਵੱਡੇ ਤੋਂ ਵੱਡੇ ਕਾਮ ਕਰਨ ਦੇ ਯੋਗ ਬਣ ਸਕਦਾ ਹੈ ਕੋਈ ਦਿਨਾਂ ਬਾਅਦ ਮਹਾਰਾਜਾ ਸਾਹਿਬ ਨੇ ਲਾਲਾ ਹਕੀਮ ਰਾਏ ਨੂੰ ਆਪਣੇ ਪਾਸ ਬੁਲਾਇਆ ਅਤੇ ਫਕੀਰ ਅਜੀਜੋਦੀਨ ਦੀ ਖਾਲਸਾ ਰਾਜ ਦੀ ਸੇਵਾ ਕਰਨ ਹਿਤ ਮੰਗ ਕੀਤੀ ਇਸੇ ਉਸਤਾਦ ਦਾ ਹੋਣ ਹਰ ਸ਼ਗਿਰਦ ਮਹਾਰਾਜਾ ਸਾਹ ਵੱਲੋਂ ਪ੍ਰਵਾਨ ਕਰਨ ਤੋਂ ਵੱਧ ਹੋਰ ਫਖਰ ਤੇ ਖੁਸ਼ੀ ਦੀ ਗੱਲ ਕੀ ਹੋ ਸਕਦੀ ਸੀ ਹਕੀਮ ਜੀ ਉਸੇ ਵਕਤ ਦਵਾਖਾਨੇ ਪਹੁੰਚੇ ਅਤੇ ਖੁਸ਼ੀ ਭਰੀ ਖਬਰ ਫਕੀਰ ਅਜੀਜੋਦੀਨ ਨੂੰ ਸੁਣਾ ਦਿੱਤੀ ਜਿਸ ਨਾਲ ਫਕੀਰ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਹੁਣੇ ਦੋਵੇਂ ਉਸਤਾਦ ਹਾਕਮਰਾਏ ਜੀ ਅਤੇ ਸ਼ਗਿਰਦ ਫਕੀਰ ਅਜੀਜੋਦੀਨ ਜੀ ਮਹਾਰਾਜਾ ਸਾਹਿਬ ਕੋਲ ਹਾਜ਼ਰ ਹੋਏ ਅਤੇ ਲਾਲਾ ਹਾਕਮ ਰਾਏ ਜੀ ਨੇ ਫਕੀਰ ਜੀ ਦੀ ਬਾਹ ਸ਼ੇਰ-ਏ-ਪੰਜਾਬ ਨੂੰ ਫੜਾ ਦਿੱਤੀ। ਹਕੀਮ ਜੀ ਆਪ ਅਸੀਸਾਂ ਦਿੰਦੇ ਹੋਏ ਆਪਣੇ ਦਵਾਖਾਨੇ ਤੇ ਆ ਗਏ। ਇਸ ਤਰ੍ਹਾਂ ਮਹਾਰਾਜਾ ਸਾਹਿਬ ਦੀ ਪਾਰਖੂ ਅੱਖ ਨੇ ਹੀਰੇ ਦੀ ਪਛਾਣ ਕਰਕੇ ਸਭ ਤੋਂ ਪਹਿਲਾ ਕੰਮ ਲਾਹੌਰ ਵਾਸੀਆਂ ਦੀ ਅਰੋਗਤਾ ਦਾ ਸੰਭਿਆ ਜਿਸ ਨੂੰ ਫਕੀਰ ਜੀ ਨੇ ਪੂਰੀ ਤਨਦੇਹੀ ਨਾਲ ਨਿਭਾਇਆ। ਅਤੇ ਸ਼ੇਰੇ ਪੰਜਾਬ ਨੇ ਇਸੇ ਖੁਸ਼ੀ ਵਿੱਚ ਆਪ ਨੂੰ 5000 ਰੁਪਏ ਦੀ ਪਹਿਲੀ ਜ਼ਗੀਰ ਦਿੱਤੀ ਇਸ ਤੋਂ ਬਾਅਦ ਜਿਉਂ-ਜਿਉਂ ਮਾਲਕ ਦਾ ਰਾਜ ਭਾਗ ਵੱਧਾ ਗਿਆ ਫਕੀਰ ਜੀ ਦਾ ਰੁਤਬਾ ਵੀ ਉੱਚਾ ਹੁੰਦਾ ਗਿਆ ਇਸ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਫਕੀਰ ਅਜੀਜੋਦੀਨ ਜੀ ਦਾ ਮਿਲਾਪ ਹੋਇਆ ਜਿਸ ਨੇ ਅੱਗੇ ਜਾ ਕੇ ਖਾਲਸਾ ਰਾਜ ਵਿੱਚ ਬਹੁਤ ਮੱਲਾ ਮਾਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ